कहते घर बना बड़ा औखा, घर बना कोई सौखा नहीं गा, बड़ी मेहनत करनी पैंती है। और घर जो सड़के सुह हो जाता है फिर वो की बीती है जिन्हों का घर होंगे विखाते हैं। यह गुजरां का डेरा दीना नगर बहरामपुर रोड के उत्ते दोदमा रोड के उत्ते दीना नगर के कोल पैंदा है। गुजरां का डेरा सड़के सुह हो गया। अग लगन का कारण पता करते हैं कि क्यों लगा, किवें लगी है अग। इत वेख सकते हो समान सारा जल के पिया। विखाओ जी विखाओ, ए समान विखाओ सारा इन्हों। यह सारा समान पखे जो भी है, अलमारी कूलर सब कुछ सड़ गया, फ्रिज वगैरा सब सड़ गई है। किवें इन्हां बनाए सीगे, किवें इकट्ठा करिया सीगा समान, यह दसदे तुहानू। आओ गल करदे आ वी की हालात रहे आ, किवें बीते आ, इन्हां दे नाल की गल हुई है जी। इधर आओ दसो सानू की गल हुई, किवें अग लगी आ। जान की पता नहीं लगा कोई। ਤੁਸੀਂ ਕਿੱਥੇ ਸੀਗੇ? ਸੁੱਤੇ ਰਹੀ ਅੰਦਰ। ਅੰਦਰ ਸੁੱਤੇ ਸੀ ਤੇ ਪਿੱਛੋਂ ਅੱਗ ਲੱਗ ਗਈ। ਇਸੇ ਅੰਦਰ ਸੁੱਤੇ ਸੀ? ਇਸੇ ਅੰਦਰ। ਕੋਈ ਹੋਰ ਕੋਈ ਜਾਨੀ ਨੁਕਸਾਨ ਹੋਇਆ ਜਾਂ ਕਿਵੇਂ? ਕੋਈ ਇਹੋ ਹੀ ਨੁਕਸਾਨ ਹੋਇਆ, ਹੋਰ ਵੀ ਕੋਈ? ਇਹੋ ਹੀ ਨੁਕਸਾਨ ਹੋਇਆ, ਹੋਰ ਕੋਈ ਨਹੀਂ। ਹੋਰ ਕੋਈ ਲੋਕ ਪਬਲਿਕ ਕਦੋਂ ਪਹੁੰਚੀ ਆ, ਕਿੰਨੇ ਟਾਈਮ ਬਾਅਦ ਲੋਕ ਆਏ ਇੱਥੇ? ਸਾਰੇ ਕੋਲ ਨੂੰ ਅੱਗ ਫਿਰ ਗਈ ਸੀ। ਕੋਲ ਨੂੰ ਅੱਗ ਫਿਰ ਗਈ ਸੀ ਫਿਰ? ਤੇ ਬੱਚੇ ਤੁਹਾਡੇ ਬਾਹਰ ਸੀ ਜਾਂ ਅੰਦਰ ਸੀ? ਅੰਦਰ। ਕਿਵੇਂ ਬੀਤੀ ਉਹ, ਬਾਹਰ ਕਿਵੇਂ ਆਏ? ਦੌੜ ਕੇ ਆ ਗਏ, ਪਤਾ ਚੱਲ ਗਿਆ। ਬੱਚੇ ਦੌੜ ਕੇ ਆ ਗਏ ਤੇ ਤੁਸੀਂ ਦੌੜ ਕੇ ਆ ਗਏ? ਅਸੀਂ ਦੌੜ ਕੇ ਆ ਗਏ ਤੇ ਬੱਚੇ ਦਾ। ਤੁਸੀਂ ਅੱਗੇ ਦੱਸ ਰਹੇ ਸੀ ਵੀ ਇੱਕ ਸਰਦਾਰ ਆਇਆ, ਉਹਨੇ ਬੱਚਾ ਕੱਢਿਆ? ਉਹ ਨਹੀਂ, ਅਸੀਂ ਆਏ ਤੇ ਸਰਦਾਰ ਆਇਆ ਨਾ, ਇੱਕ ਉਹਨੇ ਕੱਢੇ ਤੇ ਜਿਹੜਾ ਬੱਚਾ ਲੱਗਾ ਛੋਟਾ ਮੇਰੇ ਅੰਦਰ ਰਹਿ ਗਿਆ। ਸਰਦਾਰ ਨੇ ਦੌੜ ਕਰਕੇ ਉਹ ਬੱਚਾ ਕੱਢਿਆ, ਹੋਰ ਵੀ ਸਰਦਾਰ ਆਏ ਕਿ ਜਾਂ ਇੱਕ ਹੀ ਸਰਦਾਰ ਆਇਆ? ਸਾਰੇ ਆਏ ਤੇ ਸੀ, ਮਾਤੇ ਆਏ ਸੀ ਕੋਈ 100 ਬੰਦੇ ਇੱਥੇ ਇਕੱਠੇ ਹੋ ਗਏ। ਅੱਛਾ ਤੇ ਉਹ ਆਈ 5 ਬ੍ਰਿਗੇਡ ਦੀ ਗੱਡੀ ਕਾਕ ਭਜਾਉਣ ਵਾਸਤੇ? ਆਈ ਸੀ। ਉਹ ਕਿੰਨੇ ਟਾਈਮ ਬਾਅਦ ਆਈ? ਉਹ ਜਦੋਂ ਸਾਰੇ ਸੜ ਗਏ ਨੇ ਫਿਰ। ਜਦੋਂ ਸੜ ਗਿਆ ਤੇ ਫਿਰ 5 ਬ੍ਰਿਗੇਡ ਪਹੁੰਚੀ ਆ, ਘਰ ਘਰ 5 ਬ੍ਰਿਗੇਡ। ਐਮਰਜੈਂਸੀ ਵਾਸਤੇ ਕੋਈ 5 ਬ੍ਰਿਗੇਡ ਦੀ ਗੱਡੀ ਹੋਵੇ, ਇਹ ਕੁਛ ਨਹੀਂ ਹੈਗਾ। ਦੀਨਾ ਨਗਰ ਚ ਐਂਬੂਲੈਂਸ ਹੋ ਸਕਦੀ ਹੈ ਲੇਕਿਨ 5 ਬ੍ਰਿਗੇਡ ਦੀ ਗੱਡੀ ਮਿਲਣੀ ਬਹੁਤ ਮੁਸ਼ਕਿਲ ਹੈ। ਇਹ ਵੇਖ ਸਕਦੇ ਹੋ ਸਾਰਾ ਕੁੱਲ ਸੜਕੇ ਸਵਾਹ ਹੋ ਗਿਆ। ਇਹ ਛੋਟੇ ਛੋਟੇ ਬੱਚੇ ਅੰਦਰ ਸੀਗੇ, ਇਹ ਛੋਟੇ ਛੋਟੇ ਬੱਚੇ ਇਹ ਸਾਰੇ ਅੰਦਰ ਸੀਗੇ। ਇਹ ਬੱਚੇ ਵੱਲੋਂ ਦੱਸ ਰਿਹਾ ਕਿ ਇਹ ਬੱਚਾ ਉਹਨਾਂ ਨੇ ਵਿੱਚੋਂ ਕੱਢਿਆ ਆ ਕੇ, ਇੱਕ ਸਰਦਾਰ ਨੇ ਆ ਕੇ ਬੱਚੇ ਦੀ ਜਾਨ ਬਚਾਈ ਆ, ਜਿਹਦੇ ਨਾਲ ਸਾਰੇ ਗੁੱਜਰ ਭਾਈਚਾਰੇ ਦੇ ਲੋਕ ਤੁਹਾਡੇ ਇੱਥੇ ਪਹੁੰਚੇ ਆ। ਕੱਲ ਦਾ ਕੋਈ ਬਾਹਰ ਹੀ ਚਾਹੇ ਸਾਰੇ, ਕੋਈ ਪ੍ਰਧਾਨ ਗੁਜਰ ਬਰਾਦਰੀ ਦੇ ਨਹੀਂ ਆਇਆ? ਕੋਈ ਨਹੀਂ ਆਇਆ, ਪ੍ਰਧਾਨ ਨਹੀਂ ਆਇਆ? ਕੋਈ ਆਇਆ ਤੇ ਪ੍ਰਧਾਨ ਕਾਦੇ ਵਾਸਤੇ ਤੁਸੀਂ ਬਣਾਏ ਹੁੰਦੇ ਆ? ਕੋਈ ਤੁਹਾਡੇ ਨਾਲ ਅਫਸੋਸ ਕਰਨ, ਕੋਈ ਕਿਸ ਤਰ੍ਹਾਂ ਕੋਈ ਹੈਲਪ ਕਰਨ? ਕੋਈ ਨਹੀਂ ਆਇਆ, ਆਪਣੇ ਰਿਸ਼ਤੇਦਾਰ ਆਏ, ਬਾਕੀ ਕੋਈ ਨਹੀਂ ਆਇਆ। ਬਾਕੀ ਪ੍ਰਧਾਨ ਜਿਹੜੀਆਂ ਯੂਨੀਅਨਾਂ ਗੁਜਰਾਂ ਦੀਆਂ ਬਣੀਆਂ ਕੋਈ ਨਹੀਂ ਆਇਆ? ਨਹੀਂ ਆਇਆ ਕੋਈ। ਇਸ ਤਰ੍ਹਾਂ ਜੀ ਗੁਜਰਾਂ ਦੇ ਭਾਈਚਾਰੇ ਦੀ ਗੱਲ ਸੁਣ ਸਕਦੇ ਹੋ। ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਝਗੜੇ ਚੱਲ ਰਹੇ ਆ, ਕਈ ਕੋਈ ਚੱਲ ਰਿਹਾ ਸਿਰਫ ਝਗੜਿਆਂ ਵਾਸਤੇ ਇਹਨਾਂ ਬਣਾਈਆਂ ਵਾ ਯੂਨੀਅਨਾਂ ਵਾ, ਲੇਕਿਨ ਹੈਲਪ ਵਾਸਤੇ ਗੁਜਰਾਂ ਨੇ ਕੋਈ ਯੂਨੀਅਨ ਨਹੀਂ ਬਣਾਈ ਵੀ ਕਿਸੇ ਗੁਜਰ ਭਾਈਚਾਰੇ ਨਾਲ ਕੋਈ ਮਾੜੀ ਚੰਗੀ ਹਰਕਤ ਹੋ ਜਾਵੇ ਤੇ ਉਹਦੀ ਹੈਲਪ ਕਰਨੀ ਆ। ਇਹ ਗੁਜਰਾਂ ਦੇ ਵਿੱਚ ਕੋਈ ਨਹੀਂ ਹੈਗਾ, ਸਿਰਫ ਝਗੜੇ ਵਾਸਤੇ ਗੁਜਰ ਇਕੱਠੇ ਹੋਣੇ ਆ, ਰਿਸ਼ਤੇਦਾਰ ਹੀ ਰਿਸ਼ਤੇਦਾਰ ਨਾਲ ਪਹੁੰਚਦਾ। ਇੱਥੇ ਇਹਨਾਂ ਨੂੰ ਆਪਣਿਆਂ ਦਾ ਸਾਥ ਦੇਣਾ ਚਾਹੀਦਾ, ਗੁਜਰ ਬਰਾਦਰੀ ਨੂੰ ਇੱਕ ਦੂਜੇ ਨਾਲ ਚੱਲਣਾ ਚਾਹੀਦਾ। ਜਿਵੇਂ ਅੱਗ ਲੱਗੀ ਆ, ਡੰਗਰਾਂ ਦਾ ਬਚਾਅ ਹੋ ਗਿਆ, ਬਹੁਤ ਵੱਡਾ ਹੋ ਗਿਆ। ਇਹ ਜੋ ਇਹਨਾਂ ਦੇ ਕੂਲਰ ਵਗੈਰਾ ਸੜ ਗਏ ਆ, ਛੱਤ ਘਰ ਦੀ ਸੜ ਗਈ ਆ, ਛੱਤ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ। ਇਹ ਦੀਨਾ ਨਗਰ ਤੋਂ ਦੋਦਮਾ ਰੋਡ ਦੇ ਉੱਤੇ ਬਹਿਰਾਮਪੁਰ ਰੋਡ ਦੇ ਉੱਤੇ ਪੈਂਦਾ ਗੁਜਰਾਂ ਦਾ ਡੇਰਾ। ਇਹ ਇੱਥੇ ਇਸੇ ਸਾਲ ਹੀ ਆਏ, ਆਪਾਂ ਪਹਿਲਾਂ ਨਹੀਂ ਇਹਨਾਂ ਨੂੰ ਵੇਖਿਆ। ਪਹਿਲਾਂ ਕਿੱਥੇ ਰਹਿੰਦੇ ਸੀ? ਝੱਖੜ ਪਿੰਡੀ। ਪਹਿਲਾਂ ਝੱਖੜ ਪਿੰਡੀ ਰਹਿੰਦੇ ਸੀ, ਇਸ ਸਾਲ ਆਏ ਉੱਥੇ? ਇਸ ਸਾਲ ਇੱਥੇ ਪਹੁੰਚੇ ਆ। ਔਰ ਇੱਕ ਸਾਲ ਵਿੱਚ ਆ ਕੇ ਇੱਥੇ ਨੁਕਸਾਨ ਹੋ ਗਿਆ। ਜੇ 5 ਬ੍ਰਿਗੇਡ ਦੀ ਗੱਡੀ ਕੋਈ ਲੋਕਲ ਹੁੰਦੀ ਦੀਨਾ ਨਗਰ ਤੇ ਸ਼ਾਇਦ ਅਗਲਾ ਕੋਈ ਕੰਟਰੋਲ ਹੋ ਜਾਂਦਾ। ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਗੁਜਰ ਬਰਾਦਰੀ ਨੂੰ, ਗੁਜਰ ਭਾਈਚਾਰੇ ਦੇ ਸਮਾਜ ਦੇ ਆਦਮੀਆਂ ਨੂੰ, ਜਿਹੜੇ ਪ੍ਰਧਾਨ ਨੇ, ਯੂਨੀਅਨਾਂ ਦੇ ਪ੍ਰਧਾਨ ਨੇ, ਇਹਨਾਂ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਇਹਨਾਂ ਕੋਲ ਪਹੁੰਚਣਾ ਚਾਹੀਦਾ। ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਗੁਜਰ ਭਾਈਚਾਰੇ ਦੇ ਕੋਲ ਪਹੁੰਚ ਜਾਵੇ, ਜੋ ਗੁਜਰ ਇੱਥੋਂ ਦੇ ਪ੍ਰਧਾਨ ਨੇ, ਯੂਨੀਅਨਾਂ ਜਿਹੜਾ ਬਣਾਈਆਂ ਨੇ। ਧੜਿਆਂ ਦੇ ਧੜੇ ਰਾਤ ਦਿਨ ਤੁਰੇ ਫਿਰਦੇ ਆ, ਇਹਨਾਂ ਦਾ ਫਰਜ਼ ਆ ਆਪਣੇ ਭਾਈਚਾਰੇ ਦੇ ਨਾਲ ਚੱਲਣਾ। ਮੈਂ ਹਰਜਿੰਦਰ ਸਿੰਘ, ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ।